ਪਾਠ 8 ਨੀਮਾ ਦਾ ਗੁਬਾਰਾ। ਨੀਮਾ ਦਾ ਗੁਬਾਰਾ ਉੱਡ ਗਿਆ। ਗੁਬਾਰਾ ਹਵਾ ਵਿੱਚ ਉੱਡ ਗਿਆ। ਨੀਮਾ ਦਾ ਲਾਲ ਗੁਬਾਰਾ ਹਵਾ ਵਿੱਚ ਉੱਡ ਗਿਆ। ਨੀਮਾ ਦੇਖਦੀ ਰਹੀ। ਨੀਮਾ ਅਸਮਾਨ ਵੱਲ ਦੇਖਦੀ ਰਹੀ। ਨੀਮਾ ਆਪਣੇ ਗੁਬਾਰੇ ਨੂੰ ਦੇਖਦੀ ਰਹੀ। ਨੀਮਾ ਅਸਮਾਨ ਵਿੱਚ ਆਪਣੇ ਗੁਬਾਰੇ ਨੂੰ ਦੇਖਦੀ ਰਹੀ। ਨੀਮਾ ਉਦਾਸ ਹੋ ਗਈ। ਨੀਮਾ ਆਪਣੇ ਗੁਬਾਰੇ ਨੂੰ ਵੇਖ ਕੇ ਉਦਾਸ ਹੋ ਗਈ। ਨੀਮਾ ਆਪਣੇ ਗੁਬਾਰੇ ਨੂੰ ਦੂਰ ਜਾਂਦਾ ਹੋਇਆ ਦੇਖ ਕੇ ਉਦਾਸ ਹੋ ਗਈ। ਨੀਮਾ ਆਪਣੇ ਗੁਬਾਰੇ ਨੂੰ ਅਸਮਾਨ ਵਿੱਚ ਵੇਖ ਕੇ ਉਦਾਸ ਹੋ ਗਈ। ਨੀਲਾ ਕਬੂਤਰ ਆਇਆ। ਨੀਲਾ ਕਬੂਤਰ ਨੀਮਾ ਦਾ ਮਿੱਤਰ ਸੀ। ਉਹ ਹਵਾ ਵਿੱਚ ਉੱਡਿਆ। ਉਹ ਗੁਬਾਰੇ ਕੋਲ ਗਿਆ। ਉਸਨੇ ਗੁਬਾਰੇ ਨੂੰ ਫੜਿਆ। ਉਸਨੇ ਗੁਬਾਰੇ ਨੂੰ ਆਪਣੀ ਚੁੰਝ ਵਿੱਚ ਫੜਿਆ। ਜਦੋਂ ਉਹ ਨੀਮਾ ਕੋਲ ਆਇਆ, ਉਸ ਕੋਲ 3 ਗੁਬਾਰੇ ਸਨ, ਪੀਲਾ, ਲਾਲ ਤੇ ਹਰਾ। ਉਸਨੇ ਨੀਮਾ ਨੂੰ 3 ਗੁਬਾਰੇ ਦਿੱਤੇ, ਪਰ ਨੀਮਾ ਨੇ ਸਿਰਫ ਆਪਣਾ ਗੁਬਾਰਾ ਲਿਆ। ਨੀਲੇ ਕਬੂਤਰ ਨੇ ਨੀਮਾ ਨੂੰ ਉਸਦਾ ਗੁਬਾਰਾ ਦੇ ਦਿੱਤਾ। ਨੀਮਾ ਆਪਣਾ ਗੁਬਾਰਾ ਲੈ ਕੇ ਖੁਸ਼ ਹੋ ਗਈ। ਨੀਮਾ ਨੂੰ ਗੁਬਾਰਾ ਵਾਪਸ ਮਿਲ ਗਿਆ।